ਪੰਜਾਬ ਵਿੱਚ ਅਮਨ ਕਾਨੂੰਨ ਦੀ ਸਥਿਤੀ ਦੇ ਬਾਰੇ ਤਾਂ ਤੁਸੀਂ ਜਾਣਦੇ ਹੀ ਹੋ, ਪਰ ਜੇਕਰ ਸੱਤਾਧਾਰੀ ਤੇ ਕਾਂਗਰਸ ਦੀ ਮੰਨੀਏ ਤਾਂ ਪੰਜਾਬ ਵਿੱਚ ਸਭ ਕੁਝ ਠੀਕ ਠਾਕ ਹੈ। ਅੰਮ੍ਰਿਤਸਰ ਸਾਹਿਬ ਤੋਂ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਪੰਜਾਬ ਵਿੱਚ ਪਿਛਲੀ ਸਰਕਾਰ ਦੇ ਨਾਲੋਂ ਮਾਹੌਲ ਬਿਹਤਰ ਹੋਇਆ ਅਤੇ ਨਸ਼ਾਖੋਰੀ ਵਿੱਚ ਵੱਡੀ ਕਮੀ ਆਈ ਹੈ। ਉਹਨਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮਾਮਲੇ ਤੇ ਵੀ ਠੱਲ ਪਾਉਣ ਦਾ ਦਾਅਵਾ ਕੀਤਾ। ਦੇਖੋ ਸੁਖਬੀਰ ਹੋਣੀ, ਮੇਰਾ ਖਿਆਲ ਹੈ ਵੀ ਪਿਛਲੇ 10 ਸਾਲ ਨੂੰ ਧਿਆਨ 'ਚ ਮੱਦੇਨਜ਼ਰ ਰੱਖ ਕੇ ਉਹਨਾਂ ਦੀ ਝਾਤ ਮਾਰਨ ਔਰ ਸਾਡੀ ਕਾਰਜਸ਼ੈਲੀ 'ਤੇ ਕਿੰਤੂ ਪਰੰਤੂ ਕਰਨ ਤੋਂ ਪਹਿਲਾਂ ਲੋਕਾਂ 'ਚ ਜਾਣ। ਇਹ ਜਿਹੜੇ ਖੁਆਬੀ ਪਲਾਓ ਹੁੰਦੇ ਇਹੋ ਜਿਹੇ ਪਕਾ ਪਕੂ ਕੇ ਨਾ ਦੇਖਣ, ਅਜਿਹਾ ਕੁਛ ਨਹੀਂ ਗਾ। ਜਾ ਕੇ ਜ਼ਮੀਨ 'ਤੇ ਲੋਕਾਂ ਕੋਲ ਪੁੱਛੋ, ਸੁਖਬੀਰ ਜੀ ਨਸ਼ਾ ਕਿੱਥੇ ਹੈ, ਜਾ ਕੇ ਪਿੰਡਾਂ 'ਚ ਪਤਾ ਕਰੋ। ਔਰ ਲਾਅ ਐਂਡ ਆਰਡਰ ਜਿਹੜਾ ਆ ਬਿਲਕੁਲ ਸਹੀ ਆ, ਔਰ ਅਸੀਂ ਮਤਲਬ ਇੱਕ ਪੰਜਾਬ, ਪੰਜਾਬੀਅਤ ਔਰ ਪੰਜਾਬੀ ਦੀ ਸਮੁੱਚੇ ਦੀ ਰਾਖੀ ਵਾਸਤੇ ਅਸੀਂ ਧੜੇਬੰਦੀ ਦੇ ਉੱਤੇ ਉੱਠ ਕੇ ਸਾਰੇ ਕੰਮ ਕਰ ਰਹੇ ਹਾਂ, ਕੋਈ ਅਜਿਹਾ ਕੰਮ ਨਹੀਂ ਕਰ ਰਹੇ। ਦੇਖੋ CM ਸਾਹਿਬ ਤੇ ਮਿਲੇ ਵੀ ਸੀ ਸੈਂਟਰ 'ਚ ਜਾ ਕੇ, ਕਿ ਜਿਹੜਾ ਬੇਅਦਬੀ ਦਾ ਮਾਮਲਾ ਹੈ ਇਹਦੇ 'ਤੇ ਬਹੁਤ ਸਖਤ ਜਿਹੜਾ ਕਾਨੂੰਨ ਪਾਸ ਕਰਨਾ ਚਾਹੀਦਾ, ਔਰ ਜਿੱਥੋਂ ਤੱਕ ਬੇਅਦਬੀ ਕਰਨ ਦੇ ਮਾਮਲੇ ਆ, ਅੱਗੇ ਨੂੰ ਦੇਖੋ ਬਹੁਤ ਵੱਡਾ ਫਰਕ ਪਿਆ ਆ, ਔਰ ਅਸੀਂ ਬਹੁਤ ਧਿਆਨ ਰੱਖ ਰਹੇ ਹਾਂ ਇਸ ਚੀਜ਼ 'ਤੇ। ਸਾਡੀ ਸਰਕਾਰ ਜਿਹੜੀ ਹੈ ਪੰਜਾਬ ਦੀ, ਔਰ ਸਾਰੇ ਜਿਹੜੇ ਪੁਲਿਸ ਅਫਸਰ ਸਾਹਿਬਾਨ ਨੇ, ਨਾਲ ਸਾਡੇ ਮੰਤਰੀ ਸਾਹਿਬਾਨ ਨੇ।